ਦਾਣਾ ਮੰਡੀ ਦੇ ਵਿੱਚ ਇੱਕ ਮੁੰਡਾ ਬੱਬੂ ਸੀਗਾ ਤੇ ਇੱਕ ਕੁਲਦੀਪ ਸੀਗਾ, ਦੋਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਧੱਕਿਆ ਮੁੱਕੀ ਹੋ ਗਈ ਤੇ ਬੱਬੂ ਨੇ ਇਹਦੇ ਥੱਪੜ ਥੱਪੜ ਮਾਰਤੇ, ਉੱਥੇ ਮੌਕੇ 'ਤੇ ਡਿੱਗ ਪਿਆ ਤੇ ਫਿਰ ਥੋੜ੍ਹੀ ਦੇਰ ਬਾਅਦ ਇਹਦੀ ਕੁਲਦੀਪ ਸਿੰਘ ਦੀ ਜਿਹੜੀ ਹੈਗੀ ਡੈਥ ਹੋ ਗਈ। ਅਸੀਂ ਮਾਮਲਾ ਦਰਜ ਕਰ ਰਹੇ ਹਾਂ, ਜਿਹੜੀ ਬੰਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਫਿਰ ਉਸ ਤੋਂ ਬਾਅਦ ਦੋਸ਼ੀ ਨੂੰ ਡੇਢ ਕਰਨ ਲਈ ਜਿਹੜੀ ਪਾਰਟੀ ਉਸ 'ਤੇ ਇੱਕ ਸੁਨੀਤਾ ਨਾਂ ਦੀ ਲੇਡੀ ਦੇ ਨਾਲ ਬੱਬੂ ਦੇ ਸੰਬੰਧ ਸੀਗੇ ਅਤੇ ਉਹਨੂੰ ਸ਼ੱਕ ਸੀਗਾ ਵੀ ਕੁਲਦੀਪ ਜਿਹੜਾ ਹੈਗਾ ਉਹਨਾਂ ਦੇ ਘਰ ਆਉਣ ਜਾਣ ਲੱਗ ਗਏ, ਇਸ ਕਰਕੇ ਉਹਨਾਂ ਦੀ ਆਪਸ ਵਿੱਚ ਅਣਬਣ ਕਿਸੇ ਕਾਰਨ ਲੈ ਕੇ ਟਕਰਾਅ। ਚਾਚਾ ਜੀ ਨੇ ਜੀ ਸਰਦਾਰ ਪ੍ਰਤਾਪ ਸਿੰਘ ਐਕਸ ਐਮ ਐਲ ਸੀ, ਉਹਨਾਂ ਦੇ ਬੇਟੇ ਨੇ ਛੋਟੇ ਦੂਜੇ ਨੰਬਰ 'ਤੇ, ਵੱਡੇ ਮੇਰੇ ਬਾਪ ਸੀਗੇ ਜੀ, ਉਸ ਤੋਂ ਛੋਟਾ ਭਰਾ ਸੀਗਾ। ਅਤੇ ਮੰਡੀ ਵੀ ਆਪਣਾ ਚੁਣਾ ਜਾਣਾ ਵੇਚਿਆ ਸੀ, ਗੁਹਾਟੀ ਬੁਲਾਇਆ ਅਤੇ ਉੱਥੇ ਸੀਗੇ ਪੰਜ ਸੱਤੇ ਬੰਦੇ, ਉਹਦੇ ਨਾਲ ਉਹਨਾਂ ਦੀ ਗੱਲ ਪੈ ਗਈ, ਕੁੱਟਮਾਰ ਹੋਈ ਹੈ ਅਤੇ ਉੱਥੇ ਉਹਨਾਂ ਨੇ ਤੁਹਾਨੂੰ ਸੱਟ ਮਾਰੀ ਕੀਤੀ ਸੀ। ਕਾਰਨ ਅਜੇ ਪੁਲਿਸ ਕਾਰਵਾਈ ਕਰ ਰਹੀ ਹੈ, ਉਸੇ ਤੋਂ ਕੇਸ 'ਚ ਪਤਾ ਲੱਗੇਗਾ। ਕਿਸ ਟਾਈਮ 'ਤੇ ਐੱਮ ਐੱਲ ਏ ਸੀਗੇ ਨੇ ਫਾਦਰ ਸਾਹਿਬ ਜੀ? ਰਾਜਸਿਕ ਬਰਾਜ ਜੀ ਸਭ ਤੋਂ ਪਹਿਲੇ ਐੱਮ ਐੱਲ ਏ ਸੀ ਸਾਲ 1952 ਦੇ ਵਿੱਚ। ਕਿਹੜੀ ਪਾਰਟੀ ਤੋਂ ਲੈ ਗਏ? ਕਾਂਗਰਸ ਪਾਰਟੀ ਵੱਲੋਂ ਸੀਗੇ ਜੀ। ਅਤੇ ਹੱਤਿਆ ਹੋਈ ਹੈ ਜੀ? ਹੱਤਿਆ ਜੀ ਮਾਮਲਾ ਜੀ। ਅਤੇ ਕਿੰਨਾ ਪਰਿਵਾਰ ਕੀ ਹੈ ਜੀ ਇਹਨਾਂ ਦਾ? ਪਰਿਵਾਰ ਇਹਨਾਂ ਦੇ ਜੀ ਤਿੰਨ ਬੇਟੀਆਂ ਵਿਆਹੀਆਂ ਹੋਈਆਂ, ਦੋ ਬੇਟੇ ਹੈ, ਪੰਜ ਛੇ ਵੀ ਨਾਲ ਜੀ, ਅਸੀਂ ਘਰ ਵਾਲੀ ਹੈਗੇ। ਕਾਰਵਾਈ ਹੋ ਰਹੀ ਹੈ? ਹਾਂਜੀ ਕਾਰਵਾਈ ਚੱਲ ਰਹੀ।